ਸਤਿ ਸ਼੍ਰੀ ਅਕਾਲ ਜੀ। ਦਸਾਂਝਾ ਵਾਲਾ 11:30 ਵਜੇ ਲਾਈਵ, ਪਹਿਲਾਂ ਕਲਰਸ ਚੈਨਲ 'ਤੇ ਲਾਈਵ ਅਤੇ ਹੁਣ ਆਪਣੇ ਇੰਸਟਾਗ੍ਰਾਮ ਵਾਲੇ ਪੇਜ 'ਤੇ ਲਾਈਵ, ਇਦੂ ਪਹਿਲਾਂ ਫੇਸਬੁੱਕ 'ਤੇ ਲਾਈਵ ਲਾਈਵ ਰੱਖਿਆ ਮਾਰਾ ਕੰਮ। ਸੋਰੀ, ਬਿਨਾਂ ਦੱਸੇ ਇੱਕ ਤਾਂ ਮੈਂ ਲਾਈਵ ਹੋ ਜਾਂਦਾ, ਉਹਦੇ ਲਈ ਮੈਂ ਮਾਫ਼ੀ ਚਾਹੁੰਦਾ। ਸ਼ਾਇਦ ਤੁਹਾਨੂੰ ਜਿਹਨਾਂ ਨੂੰ ਨੋਟੀਫਿਕੇਸ਼ਨ ਪਹੁੰਚ ਜਾਂਦੀ ਹੋਊਗੀ ਉਹਨਾਂ ਲਈ ਈਜ਼ੀ ਆ, ਕਈਆਂ ਦੇ ਬਾਅਦ 'ਚ ਮੈਸੇਜ ਆਉਂਦੇ ਕਿ 10 ਕੇ ਲਾਈਵ ਹੋਇਆ ਕਰਿਆ, ਫਿਰ ਸਾਨੂੰ ਬਹੁਤ ਬੁਰਾ ਲੱਗਦਾ, ਉਹਦੇ ਲਈ ਮਾਫ਼ੀ। ਧੰਨਵਾਦ ਕਰਨਾ ਸੀ ਤੁਹਾਡੇ ਸਾਰਿਆਂ ਦਾ, ਸਾਡੀ ਸਾਰੀ ਟੀਮ ਵੱਲੋਂ, ਰੰਗਰੂਟ ਦੀ ਪੂਰੀ ਟੀਮ ਵੱਲੋਂ, ਸੱਜਣ ਸਿੰਘ ਰੰਗਰੂਟ ਦੀ ਪੂਰੀ ਟੀਮ ਵੱਲੋਂ, ਜਿਹੜਾ ਤੁਸੀਂ ਫਿਲਮ ਨੂੰ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ, ਆਪਣੇ ਜਿਹੜੇ ਤੁਸੀਂ ਵਿਊਜ਼ ਦੇ ਰਹੇ ਹਾਂ, ਆਪਣੇ ਤੁਸੀਂ ਰਿਵਿਊਜ਼ ਦੇ ਰਹੇ ਹਾਂ, ਉਹਨਾਂ ਨਾਲ ਦਿਲ ਭਰਿਆ ਪਿਆ। ਬਹੁਤ 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 ਜ਼ਿਆਦਾ ਦਿਲ ਖੁਸ਼ ਹੈ ਕਿ ਇੰਨਾ ਜ਼ਿਆਦਾ ਤੁਸੀਂ ਪਿਆਰ ਮੂਵੀ ਨੂੰ ਦੇ ਰਹੇ ਹੋ। ਮੇਰੇ ਵੱਲੋਂ, ਸਾਡੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ। ਕੱਲ੍ਹ ਵਾਲੇ ਚੁੱਪ ਦਸਾਂਝ ਨੂੰ ਮਾਫ਼ੀ, ਜਿਹੜਾ ਰਾਈਜ਼ਿੰਗ ਸਟਾਰ 'ਚ ਚੁੱਪ ਕਰਕੇ ਬੈਠਾ ਸੀ, ਉਹ ਸਿਰਫ ਫਿਲਮ ਕਰਕੇ ਸੀ ਕਿ ਤੁਹਾਡੇ ਸਾਰਿਆਂ ਦੇ ਰਿਵਿਊਜ਼ ਜਦੋਂ ਮੈਂ ਦੇਖਦਾ ਸੀ ਜਾਂ ਤੁਸੀਂ ਜਿਹੜੀਆਂ ਗੱਲਾਂ ਕਹਿ ਰਹੇ ਹੋ ਉਹ ਐਕਚੁਅਲੀ ਜਿਹੜੀਆਂ ਅਸੀਂ ਇੰਨੇ ਟਾਈਮ ਤੋਂ ਕੋਸ਼ਿਸ਼ ਕਰਦੇ ਪਏ ਸੀ ਕਿ ਤੁਹਾਡੇ ਤੱਕ ਪਹੁੰਚ ਜਾਣੋਂ ਪਹੁੰਚ ਗਈਆਂ ਸੀ, ਅਤੇ ਕੱਲ੍ਹ ਮੈਂ ਬਹੁਤ ਹੀ ਜ਼ਿਆਦਾ ਉਸੇ ਚੀਜ਼ 'ਚ ਖੋਇਆ ਹੋਇਆ ਸੀ, ਉਹਦੇ ਕਰਕੇ ਮੈਂ ਮਾਫ਼ੀ ਚਾਹੁੰਦਾ ਚੈਨਲ ਤੋਂ ਵੀ, ਤੁਹਾਡੇ ਤੋਂ ਵੀ। ਅਤੇ ਬਾਕੀ ਅੱਜ ਪੂਰੀ ਕਸਰ ਕੱਢੀ ਮੈਂ, ਕੋਈ ਇੱਦਾਂ ਦੀ ਕਮੀ ਪੇਸ਼ੀ ਰਹਿਣ ਨਹੀਂ ਦਿੱਤੀ। ਟੌਰ ਵੀ ਆਪਾਂ ਪੂਰੀ ਕੱਢੀ, ਕਦੇ ਕਦੇ ਜੀ ਕਰਦਾ ਹੁੰਦਾ ਟੌਰ ਹੀ ਕੱਢਣ, ਨਹੀਂ ਤਾਂ ਮੂਵੀ ਮੈਂ ਕਈ ਗੁੱਚੀ ਪਾ ਕੇ ਭੱਜ ਜਾਂਦਾ। ਗੁੱਚੀ ਵੀ ਇਹ ਹੁੰਦਾ ਵੀ ਚੱਲ ਬ੍ਰੈਂਡ ਪਾਇਆ ਹੋਇਆ, ਗੱਲ ਖਤਮ। ਜਿੱਦਣ ਕਿਤੇ ਬਹੁਤਾ ਨਹੀਂ ਜੀ ਕਰਦਾ, ਜਦੋਂ ਜੀ ਕਰਦਾ ਟੌਰ ਕੱਢਣ ਨੂੰ, ਫਿਰ ਮੈਂ ਇੱਦਾਂ ਥੋੜ੍ਹਾ ਫੋਰਮਲ ਟਾਈਪ ਜਿਹਾ ਟੌਰ ਕੱਢਦਾ ਹੁੰਦਾ। ਅੱਜ ਮੇਰਾ ਜੀ ਕਰਦਾ ਟੌਰ ਕੱਢਣ ਨੂੰ। ਆਈ ਐਂਡ ਗੱਡੀਆਂ 150 ਤੇ ਛੱਡੀਆਂ, ਥੈਂਕ ਯੂ। ਗਾਣਾ ਵੀ ਆਉਣ ਵਾਲਾ ਪਤਾ ਕਿਹੜਾ, ਤੂੰ ਕਰੀ ਫੋਨ ਮੇਰਾ ਮੈਨੇਜਰ ਚੱਕੂਗਾ। ਉਹ ਵਿੱਚੇ ਰੁਲ ਗਿਆ ਵਿਚਾਰਾ, ਫਿਲਮ ਦਾ ਇੰਨਾ ਜ਼ਿਆਦਾ ਜ਼ੋਰ ਸੀ, ਇੰਨਾ ਜ਼ਿਆਦਾ ਸਾਡਾ ਜ਼ੋਰ ਲੱਗਾ ਹੋਇਆ ਸੀ, ਉਹ ਵਿੱਚ ਹੀ ਰਹਿ ਰੂ ਗਿਆ ਗਾਣਾ। ਉਹ ਤਿਆਰ ਪਿਆ, ਜਾਵਾਂ ਵੀਡੀਓ ਵੀ ਤਿਆਰ ਪਈ ਆ, ਪਾ ਦੀਏ ਕੱਲ ਨੂੰ ਜਾਂ ਕੱਲ੍ਹ ਪਾ ਦਿੰਦੇ, ਜਾਂ ਇੱਕ ਅੱਧੇ ਦਿਨ ਰੋਕੇ ਪਾ ਦਿੰਦੇ, ਦੇਖ ਲਓ ਤੁਸੀਂ। ਹਲੇ ਰੰਗਰੂਟ ਇੰਜੋਏ ਕਰੋ, ਬਹੁਤ ਬਹੁਤ ਧੰਨਵਾਦ ਤੁਸੀਂ ਆਪਣੀ ਫੈਮਿਲੀ ਨਾਲ, ਫਰੈਂਡਸ ਨਾਲ ਜਾ ਕੇ ਦੇਖ ਕੇ ਆਓ ਸੱਜਣ ਸਿੰਘ ਰੰਗਰੂਟ, ਜਿਨ੍ਹਾਂ ਨੇ ਹਲੇ ਨਹੀਂ ਦੇਖੀ, ਜਿਹੜੇ ਇੰਨਾ ਸਪੋਰਟ ਕਰਦੇ ਪਏ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਇੱਕ ਡਿਫਰੈਂਟ ਤਰ੍ਹਾਂ ਦਾ ਸਿਨੇਮਾ ਇਹ, ਇਸ ਸਿਨੇਮੇ ਨੂੰ ਵੀ ਇੰਨੀ ਐਪਰੀਸੀਏਸ਼ਨ, ਇੰਨਾ ਪਿਆਰ ਔਰ ਤੁਹਾਡਾ ਇੰਨਾ ਜ਼ਿਆਦਾ ਹੁੰਗਾਰਾ ਵਧੀਆ ਮਿਲਦਾ ਪਿਆ, ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਫੇਸਬੁੱਕ 'ਤੇ ਮੈਂ ਲਾਈਵ ਹੋਇਆ ਸੀ, ਉੱਥੇ ਵੀ ਇਹੀ ਮੈਂ ਗੱਲ ਕਰਦਾ ਸੀ ਕਿ ਸ਼ਾਇਦ ਮੈਨੂੰ ਹੀ 2-3 ਸਾਲ ਲੱਗਣੇ ਆ ਹੋਰ ਜੇ ਦੁਬਾਰਾ ਇੱਦਾਂ ਦੀ ਫਿਲਮ ਕੋਈ ਅਟੈਂਪਟ ਕਰਨੀ ਹੋਈ। ਬਹੁਤ ਟਫ ਸੀ ਇਸ ਫਿਲਮ ਦੀ ਜਰਨੀ, ਬਟ ਹੁਣ ਸਾਰੀ ਥਕਾਨ ਔਰ ਸਾਰਾ ਕੁਛ ਮੈਂ ਜਮ੍ਹਾਂ ਹੀ ਮਨ ਬਾਗੋ ਬਾਗ ਹੋ ਗਿਆ, ਤੁਹਾਡਾ ਜਿਹੜਾ ਰਿਜ਼ਲਟ ਆ ਉਹ ਜਿਹੜਾ ਫਿਲਮ ਨੂੰ ਆਇਆ। ਬਹੁਤ ਬਹੁਤ ਧੰਨਵਾਦ ਜੀ ਸਾਡੀ ਸਾਰੀ ਟੀਮ ਵੱਲੋਂ, ਗੁਰਪ੍ਰੀਤ ਭਾਅ ਜੀ ਵੱਲੋਂ ਔਰ ਪੰਕਜ ਬੱਤਰਾ ਭਾਅ ਜੀ ਵੱਲੋਂ, ਪੂਰੇ ਟੈਕਨੀਸ਼ੀਅਨਸ ਵੱਲੋਂ ਔਰ ਸਾਡੇ ਸਾਰੇ ਆਰਟਿਸਟਾਂ ਵੱਲੋਂ ਬਹੁਤ ਬਹੁਤ ਧੰਨਵਾਦ। ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ। ਅਤੇ ਹੁਣ ਮੇਰੇ ਪੇਟ ਵਿੱਚ ਜਿਹੜੇ ਚੂਹੇ ਆ ਉਹ ਦੌੜ ਰਹੇ ਹੈ। ਅੰਮ੍ਰਿਤ ਭਾਅ ਜੀ ਹਲੇ ਜਾ ਹੀ ਨਹੀਂ ਰਹੀ ਉੱਠ ਕੇ, ਭਾਅ ਜੀ ਪਲੀਜ਼ ਜਾ ਕੇ ਅੱਜ ਪਨੀਰ ਔਡਰ ਕਰ ਦਿਓ, ਕਰ ਦਿਓ ਬਾਬਾ ਜੀ ਪਲੀਜ਼। ਅਤੇ ਕੱਲ੍ਹ ਨੂੰ ਬਾਅਦ ਦੁਪਹਿਰ ਖਾਣ ਤੋਂ ਬਾਅਦ ਫਿਰ ਆਪਣੀ ਡਾਇਟ ਸ਼ੁਰੂ, ਥੋੜ੍ਹੀ ਥੋੜ੍ਹੀ ਚੀਟ। ਥੈਂਕ ਯੂ ਗਾਇਜ਼, ਬਹੁਤ ਬਹੁਤ ਧੰਨਵਾਦ। ਦਸਾਂਝਾ ਵਾਲਾ ਤੁਹਾਨੂੰ ਬਹੁਤ ਪਿਆਰ ਕਰਦਾ ਹੈ, ਔਰ ਲਵ ਵਿਦ ਯੋਰ ਮੂਵੀ ਐਂਡ ਯੋਰ ਦਸਾਂਝਾ ਵਾਲਿਆ, ਥੈਂਕ ਯੂ ਜੀ, ਧੰਨਵਾਦ। ਕੱਲ੍ਹ ਲਈ ਬਹੁਤ ਬਹੁਤ ਮਾਫ਼ੀ ਕਰ ਦਿਓ ਦਸਾਂਝਾ ਵਾਲੇ ਨੂੰ, ਅੱਗੇ ਤੋਂ ਨਹੀਂ ਇੱਦਾਂ ਕਰਦਾ ਅੱਗੇ ਤੋਂ। ਅੱਜ ਹੁਣ ਥੱਲੇ ਇੱਕ ਫੈਮਿਲੀ ਮਿਲੀ, ਉਹ ਕਹਿੰਦੇ ਤੂੰ ਕੱਲ੍ਹ ਆਇਆ ਨਹੀਂ ਰਾਜਿੰਗ ਸਟਾਰ 'ਚ, ਉਹ ਤਾਂ ਮਤਲਬ ਜਮਾਂ ਹੀ ਭਿਓ ਕੇ ਛਿੱਤਰ ਸੀ। ਮੈਂ ਕਹਿੰਦੇ ਜੀ ਮੈਂ ਸੀਗਾ, ਕਹਿੰਦੇ ਨਹੀਂ ਤੂੰ ਬੋਲਿਆ ਤਾਂ ਕੁਝ ਨਹੀਂ। ਉਹਦੇ ਲਈ ਮਾਫ਼ੀ ਜੀ, ਅੱਗੇ ਤੋਂ ਇੱਦਾਂ ਕਦੇ ਨਹੀਂ ਹੋਊਗਾ। ਔਰ ਬਹੁਤ ਬਹੁਤ ਧੰਨਵਾਦ ਆਪਣੀ ਫੈਮਿਲੀਜ਼ ਨੂੰ, ਆਪਣੇ ਫਰੈਂਡਸ ਨੂੰ, ਜਿਨ੍ਹਾਂ ਨੇ ਨਹੀਂ ਦੇਖੀ ਪਲੀਜ਼ ਜ਼ਰੂਰ ਦਿਖਾ ਕੇ ਲੈ ਕੇ ਆਇਓ ਪੰਜਾਬੀ ਸਿਨੇਮਾ 'ਤੇ, ਪੰਜਾਬੀ ਹੋਣ 'ਤੇ, ਪੰਜਾਬੀ 'ਤੇ ਤੁਹਾਨੂੰ ਸਾਰਿਆਂ ਨੂੰ, ਔਰ ਜਿਹੜਾ ਦੇਖਣ ਜਾਊਗਾ 100% ਉਹਨੂੰ ਮਾਣ ਹੋਊਗਾ ਕਿ ਸਾਡਾ ਇਤਿਹਾਸ, ਸਾਡੀ ਹਿਸਟਰੀ ਕਿੰਨੀ ਮਹਾਨ ਆ। ਇਹ ਕਹਿਣ ਵਾਲੀ ਗੱਲ ਨਹੀਂ, ਯੂਥ ਨੂੰ ਵੀ ਮੈਂ ਇਹ ਗੁਜ਼ਾਰਿਸ਼ ਕਰੂੰਗਾ ਕਿ ਸੱਚੀ ਤੁਸੀਂ ਇੱਕ ਵਾਰ ਦੇਖ ਕੇ ਆਓਗੇ ਫਿਲਮ ਤਾਂ ਤੁਹਾਨੂੰ, ਜਿਹਨਾਂ ਨੇ ਨਹੀਂ ਦੇਖੀ ਉਹਨਾਂ ਦੀ ਗੱਲ ਕਰਦਾ, ਜਿਨ੍ਹਾਂ ਨੇ ਦੇਖ ਲਈ ਉਹਨਾਂ ਦੇ ਇੰਟਰਵਿਊ ਮਿਲ ਗਏ ਮੈਨੂੰ, ਔਰ ਬਹੁਤ ਬਹੁਤ ਪਿਆਰ ਇੱਥੇ ਮਨ 'ਚ ਭਰਿਆ ਤੁਹਾਡੇ ਲਈ। ਜਿਹਨਾਂ ਨੇ ਨਹੀਂ ਦੇਖੀ ਉਹ ਇੱਕ ਵਾਰ ਦੇਖ ਕੇ ਆਓ, ਮਾਣ ਮਹਿਸੂਸ ਹੋਊਗਾ ਕਿ ਪੰਜਾਬੀ ਸਿਨੇਮਾ ਇੱਦਾਂ ਵੀ ਹੋ ਸਕਦਾ। ਥੈਂਕ ਯੂ ਪੰਕਜ ਬੱਤਰਾ ਭਾਅ ਜੀ, ਵਿਨੀਤ ਭਾਅ ਜੀ, ਵਿਜੇ ਡੋਨਾ ਜੀ, ਸ਼ਾਮ ਕੌਸ਼ਲ ਜੀ, ਸਾਡੀ ਸਾਰੀ ਟੀਮ, ਧਰਮ ਸੇਵਾ ਕਾਕਾ ਭਾਅ ਜੀ ਉਹਨਾਂ ਦਾ, ਖਾਲਸਾ ਏਡ ਦਾ, ਔਰ ਗੁਰਪ੍ਰੀਤ ਭਲੇੜੀ ਭਾਅ ਜੀ ਦਾ, ਸਾਡੇ ਸਾਰੇ ਆਰਟਿਸਟਾਂ ਦਾ, ਔਰ ਸਾਡੇ ਸਾਰੇ ਆਰਟਿਸਟਾਂ ਦਾ, ਜਤਿੰਦਰ ਸ਼ਾਹ ਭਾਅ ਜੀ ਦਾ, ਉੱਤਮ ਸਿੰਘ ਜੀ ਦਾ, ਯੋਗਰਾਜ ਸਰ ਦਾ, ਮੈਂ ਬਹੁਤ ਵੱਡਾ ਫੈਨ ਸੀ ਔਰ ਬਹੁਤ ਵੱਡਾ ਫੈਨ ਮੈਂ ਹੋਰ ਬਣ ਗਿਆ।
ਉਹਨਾਂ ਨਾਲ ਕੰਮ ਕਰਕੇ ਜੋ ਆਨੰਦ ਆਇਆ, ਜੋ ਕੁਛ ਸਿੱਖਣ ਨੂੰ ਮਿਲਿਆ ਯੋਗਰਾਜ ਸਰ ਤੋਂ, ਬਹੁਤ ਬਹੁਤ ਧੰਨਵਾਦ ਸੁਨੰਦਾ ਜੀ ਦਾ ਔਰ ਜਗੀ ਧੀਰੇ ਵੀਰੇ ਦਾ। ਗਾਇਜ਼ ਆਈ ਮਿਸ ਯੂ ਜਗੀ ਧੀਰਾ ਵੀਰਾ। ਔਰ ਜਰਨੈਲ ਭਾਅ ਜੀ ਦਾ, ਜੰਮੂ ਵਾਲੇ ਦਾ, ਕੰਗ ਸਾਹਿਬ ਦਾ, ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ। ਯੂਕੇ ਵਾਲੇ ਜਿਹੜੇ ਸਾਰੇ ਵੀਰ ਜਿਨ੍ਹਾਂ ਨੇ ਸਪੋਰਟ ਕੀਤੀ, ਬਹੁਤ ਬਹੁਤ ਧੰਨਵਾਦ। ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚੱਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।